ਇਹ ਸਰ ਟਰੈਕਟਰ ਸੀਗਾ ਜਿਹੜਾ ਹੁਸ਼ਿਆਰਪੁਰ ਦੀ ਫੂਡ ਸਟਰੀਟ ਆ ਜਿਹਦੇ ਵਿੱਚ ਸ਼ਾਮ ਨੂੰ ਬਹੁਤ ਜ਼ਿਆਦਾ ਰਸ਼ ਹੁੰਦਾ ਅਤੇ ਉੱਥੇ ਛੋਟੇ ਤੋਂ ਲੈ ਕੇ ਅਤੇ ਜਿਹੜੇ ਓਲਡ ਏਜ ਬਜ਼ੁਰਗ ਹੈ ਉਹਨਾਂ ਤੱਕ ਆਉਂਦੇ ਆ। ਉੱਥੇ ਆਪਾਂ ਕਈ ਵਾਰ ਦੇਖਿਆ ਕੁਛ ਬੱਚੇ ਹੁੰਦੇ ਆ ਕੋਈ ਪੇਰੈਂਟਸ ਖਾਣ ਲੱਗ ਜਾਂਦੇ ਆ ਅਤੇ ਛੋਟੇ ਬੱਚੇ ਭੱਜ ਕੇ ਰੋਡ ਦੇ ਉੱਪਰ ਆ ਜਾਂਦੇ ਆ ਖੇਡਦੇ ਖੇਡਦੇ। ਇਹ ਬੱਚਾ ਜਿਹੜਾ ਸੀਗਾ ਬੜੇ ਜ਼ੋਰ ਜ਼ੋਰ ਨਾਲ ਮੋਟਰਸਾਈਕਲ ਜਿਹੜੇ ਅਜੇ ਟਰੈਕਟਰ ਦੇ ਸਟੰਟ ਮਾਰ ਰਿਹਾ ਸੀ, ਕਦੇ ਉਹਨੂੰ ਅੱਗੇ ਕਰ ਰਿਹਾ ਸੀ ਕਦੇ ਪਿੱਛੇ ਕਰ ਰਿਹਾ ਸੀ। ਇਹਨੇ ਵੀਡੀਓ ਪਾਈ ਸੋਸ਼ਲ ਮੀਡੀਆ ਦੇ ਉੱਪਰ ਫੇਸਬੁੱਕ ਦੇ ਉੱਪਰ, ਉੱਥੋਂ ਵੀਡੀਓ ਸਾਡੇ ਕੋਲ ਪਹੁੰਚੀ ਆ। ਉਹਦੇ ਜ਼ਰੀਏ ਆਪਾਂ ਇਹਨੂੰ ਬੁਲਾਇਆ, ਇਹਨੂੰ ਇਹਦੇ ਪੇਰੈਂਟਸ ਨੂੰ ਆਪਣੇ ਕੋਲ ਅਤੇ ਬੁਲਾ ਕੇ ਇਹਦਾ ਜੋ ਚਲਾਨ ਬਣਦਾ ਸੀ ਉਹ ਕੀਤਾ ਸੀ। ਕਾਰਵਾਈ ਦੇ ਉੱਤੇ ਜ਼ਿਆਦਾ ਵੱਡੀ ਬਣਦੀ ਸੀ, 307 ਦਾ ਸੀ ਮੁਕੱਦਮਾ ਵੀ ਦੇ ਸਕਦੀ ਸੀ ਇੱਥੇ ਕਿ ਬੱਚੇ ਨੇ ਆਪਣੀ ਜਾਨ ਖਤਰੇ ਵਿੱਚ ਪਾਈ ਹੈ ਜਾਂ ਕਿਸੇ ਹੋਰ ਦੀ ਇਹ ਜਾਨ ਲੈ ਸਕਦਾ ਸੀ। ਪਰ ਸਾਡਾ ਮਕਸਦ ਇਹ ਨਹੀਂ ਗਾ, ਸਾਡਾ ਮਕਸਦ ਇਹ ਆ ਅਵੇਅਰਨੈਸ, ਵੱਧ ਤੋਂ ਵੱਧ ਪਬਲਿਕ ਨੂੰ ਸਮਝਾਉਣਾ ਅਤੇ ਜਿਹਦੇ ਨਾਲ ਵੱਧ ਤੋਂ ਵੱਧ ਲੋਕਾਂ 'ਚ ਅਵੇਅਰਨੈਸ ਆਵੇ, ਇਹੋ ਜਿਹੀਆਂ ਹਰਕਤਾਂ ਬੱਚੇ ਨਾ ਕਰਨ। ਪ੍ਰਸ਼ਾਸਨ ਵੱਲੋਂ ਅਲੱਗ ਅਲੱਗ ਤਰੀਕੇ ਨਾਲ ਹਰ ਵਾਰ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਜਾਂਦੀ ਹੈ। ਹਾਂਜੀ, ਕਹਿਣਾ ਚਾਹੁੰਗੇ ਇਦਾਂ ਦੇ ਆਨਸਰ ਜੋ ਨਹੀਂ ਹਟਦੇ, ਇਹ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੋਣਾ ਜਿਹਦੇ ਕਮਾਂਡਯੋਗ ਸੀਐਮ ਸਾਹਿਬ ਸ਼੍ਰੀ ਆਪਣੇ ਮਾਨ ਸਾਹਿਬ, ਉਹਨਾਂ ਨੇ ਵੀ ਇਸ ਚੀਜ਼ 'ਤੇ ਬਹੁਤ ਸਿਕੰਜਾ ਕੱਸਿਆ, ਇਸ ਚੀਜ਼ 'ਤੇ ਪ੍ਰੋਪਰ ਬੈਨ ਕੀਤਾ ਵੀ ਕੋਈ ਵੀ ਵਿਅਕਤੀ ਜਿਹੜਾ ਕਿਸੇ ਵੀ ਵਹੀਕਲ 'ਤੇ ਸਟੰਟ ਜਿਹੜਾ ਨਹੀਂ ਮਾਰੇਗਾ। ਉਸੇ ਤਰ੍ਹਾਂ 'ਤੇ ਮਾਨਯੋਗ SSP ਸਾਹਿਬ ਹੁਸ਼ਿਆਰਪੁਰ ਜੀ ਨੇ, ਸ਼੍ਰੀ ਸੁਰਿੰਦਰ ਲਾਂਬਾ ਜੀ ਨੇ ਸਾਨੂੰ ਇਹ ਹਦਾਇਤਾਂ ਦਿੱਤੀਆਂ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਪੂਰਾ ਕੰਟਰੋਲ ਹੋਣਾ ਚਾਹੀਦਾ ਵੀ ਕੋਈ ਵੀ ਵਿਅਕਤੀ ਇੱਦਾਂ ਦਾ ਸਟੰਟ ਮਾਰ ਕੇ ਜ਼ਿਲ੍ਹੇ ਦਾ ਮਾਹੌਲ ਖਰਾਬ ਨਾ ਕਰੇ। ਉਹਦੇ ਤਰ੍ਹਾਂ 'ਤੇ ਅਸੀਂ ਜਿਹੜਾ ਇਹ ਸਿਕੰਜਾ ਕੱਸਿਆ। ਉੱਥੇ ਦੇਖੋ ਜੀ, ਅਸੀਂ ਪਰਚਾ ਵੀ ਦੇਵਾਂਗੇ, ਪਰਚਾ ਦੇਵਾਂਗੇ ਠੋਕ ਕੇ, ਜਿਹੜਾ ਤਾਂ ਜ਼ਿੰਦਗੀ ਯਾਦ ਕਰੇਗਾ। ਇਸ ਕਰਕੇ ਸ਼ਹਿਰ ਦੇ ਵਿੱਚ ਸਟੰਟ ਮਾਰਨੇ, ਕਿਸੇ ਵੀ ਵਹੀਕਲ ਦੇ ਉੱਪਰ ਪਟਾਕੇ ਮਾਰਨੇ, ਟ੍ਰਿਪਲਿੰਗ ਕਰਨੀ, ਬਿਨਾਂ ਨੰਬਰ ਪਲੇਟ ਦੇ ਮੋਟਰਸਾਈਕਲ ਚਲਾਉਣਾ ਜਾਂ ਉਹਦੇ ਨਾ ਹੋਣੇ, ਅੱਗੇ ਵੱਡੇ ਵੱਡੇ ਹੌਰਨ ਲਾਉਣੇ, ਅੱਗੇ ਵੀ ਮਗਰਾਟ ਨਾ ਹੋਣਾ, ਮੋਟਰਸਾਈਕਲ ਦੇ ਪਿੱਛੇ ਵੀ ਨਾ ਆਉਣਾ, ਨਾ ਨੰਬਰ ਪਲੇਟ ਹੈ, ਇਹ ਹੁਸ਼ਿਆਰਪੁਰ ਵਿੱਚ ਨਾ ਕਾਬਲੇ ਬਰਦਾਸ਼ਤ ਹੈ।